ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਮੈਂ ਸਿਹਤਾਂ ਠੀਕ ਨੇ, ਬਿਲਕੁਲ ਠੀਕ ਨੇ, ਬਿਲਕੁਲ ਠੀਕ। ਅੱਛਾ, ਤੁਹਾਡਾ ਨਾਂ ਕੀ ਦੱਸੋ ਪਹਿਲਾਂ? ਮੇਰੇ ਨਾਂ ਬਾਰੂ, ਉੱਥੇ ਬਾਰੂ ਹੈ ਹੁਣ ਬਲਕਾਰ ਸਿੰਘ। ਅੱਛਾ, ਪਾਕਿਸਤਾਨ 'ਚ ਬਾਰੂ ਕਹਿੰਦੇ ਛੋਟੇ ਹੁੰਦੇ ਹਨ, ਬਲਕਾਰ ਸਿੰਘ ਨਾਂ ਹੈ। ਕਿਹੜੀ ਬਰਾਦਰੀ ਆਪਣੀ? ਘੁੰਮਣ ਘੁੰਮਣ ਜੱਟ। ਠੀਕ। ਅੱਛਾ, ਤੁਹਾਡਾ ਪਿਛਲਾ ਪਿੰਡ ਕਿਹੜਾ ਸੀ? ਜਦਾਲਾ ਘੁੰਮਣਾ ਦਾ। ਇਹਦੀ ਤਹਿਸੀਲ? ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅੱਛਾ, ਇੱਧਰ ਵੇਖੋ ਜਰਾ, ਦੇਖ ਸਿੱਧੇ ਹੋ ਗਿਆ ਪਿੰਡ ਜਦਾਲਾ। ਅੱਛਾ, ਕਿੰਨੇ ਕੁ ਸੌ ਉਦੋਂ? ਉਦੋਂ ਮੈਂ ਹੋਣਾ ਤੂੰ ਸਾਲਾਂ ਢਾਈਆਂ ਦਾ। ਢਾਈਆਂ ਦਾ? ਅਤੇ ਤੁਹਾਨੂੰ ਕੋਈ ਯਾਦ ਨਹੀਂ ਕੁਛ ਵੀ? ਕੁਛ ਨਹੀਂ, ਬੱਚੇ ਹੀ, ਬੱਚਿਆਂ ਨੂੰ ਕਾਹਦਾ ਯਾਦ। ਗਲੀ 'ਚ ਖੇਡ ਲੈਣਾ, ਸਿਰ 'ਚ ਸਾਹ ਪਾ ਲਿਆ, ਮਿੱਟੀ ਪਾ ਲੈਣੀ। ਸਿਰ 'ਚ ਮਿੱਟੀ ਪਾ ਲੈਣੀ? ਅੱਛਾ, ਤੁਹਾਡੇ ਪਿਤਾ ਜੀ ਦੇ ਬਾਪ ਦਾ ਕੀ ਨਾਂ ਸੀ? ਜਾਗਰ ਸਿੰਘ ਬਾਪ ਦਾ, ਅਤੇ ਨੱਥੂ ਲੰਬੜ ਦਾਦਾ। ਅੱਛਾ, ਨੱਥੂ ਲੰਬੜਦਾਰ ਦੇ ਪੋਤਰੇ ਹੋ। ਅਤੇ ਬਾਬਾ ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਨੀਫ ਹੈ, ਮਿਸਰੀ ਨਿਜ਼ਾਮ ਸਿੰਘ ਦਾ ਪੁੱਤਰ ਹੈ। ਲੁਹਾਰ ਹੈ, ਬਾਜ਼ਾਰੇ ਘਰ ਹੈ ਨਾ ਜੀ? ਘਰ ਤਾਰੂ ਵਾਲੇ ਖੂਹ ਦੇ, ਤਾਰੂ ਵਾਲੇ ਨਾ, ਦੁਕਾਨ ਸਾਡੀ ਉੱਥੇ ਰਹਿੰਦੇ। ਅੱਛਾ, ਤਾਂ ਤਾਰੂ ਵਾਲਾ ਖੂਹ ਕਿੰਨਾ ਦਾ ਸੀ? ਉਹ ਸੀ ਨੱਥੂ ਲੰਬੜ ਦਾ। ਅੱਛਾ, ਹੋਰ? ਹੋਰ ਉੱਥੇ ਜਾਗਰ ਪਿਆਰਾ ਬਹਾਦਰ। ਅੱਛਾ, ਇਹਨਾਂ ਦਾ ਸੀ, ਅਤੇ ਉਹਨਾਂ ਦੀ ਜਿਹੜੀ ਜਾਗਰ ਦਾ ਟੱਬਰ ਸੀ ਉਹਦੇ ਸਾਡੇ ਉਹ ਤਾਰੂ ਵਾਲੇ ਖੂਹ ਵਾਲੇ। ਕਿੱਥੇ ਵਿਆਹਿਆ ਸੀ ਬਹਾਦਰ? ਬਹਾਦਰ ਵਿਆਹਿਆ ਸੀ ਪਰਵਾਣੇ, ਜਾਗਰ ਵਿਆਹਿਆ ਸੀ ਪਰਵਾਣੇ। ਅੱਛਾ, ਅਤੇ ਦੂਸਰਾ ਟੱਬਰ ਉਹਦੇ ਨਾਲ ਨਾਮੋ ਸੀ। ਅੱਛਾ, ਅਤੇ ਪੁੱਤਰ ਉਹਦੇ ਨਾਲ ਵੀਰੋ ਸੀ, ਜਾਗਰ ਦੇ ਮੁੰਡੇ ਨਾਲ ਵੀਰੋ ਨਾ, ਵੀਰੋ ਦੀ ਧੀ ਨਾ ਸੀ, ਇੱਕ ਕੁੜੀ ਨਾਲ ਕਬਾਲ ਸੀ ਵੱਡੀ ਨਾਲ। ਅੱਛਾ, ਦੋ ਧੀਆਂ ਨੇ ਉਹਦੀਆਂ। ਅੱਛਾ, ਅਤੇ ਮੁੰਡੇ ਦਾ ਬਾਰੂ ਬਾਰੂ ਆਉਂਦੇ ਹਨ। ਸਹੀ ਹੈ, ਉਹਦਾ ਜਾਗਰ ਦਾ ਜਿਹੜਾ ਮੁੰਡਾ ਸੀ। ਸਹੀ। ਕਿੰਨੇ ਭਾਈ ਸਨ ਲੰਬੜਦਾਰ? ਦੋ ਭਾਈ ਸੱਕੇ ਅਤੇ ਚਾਰ ਭਰਾ ਚਾਚੇ ਦੇ ਮੁੰਡੇ ਲੰਬੜਦਾਰ ਦੇ। ਹਾਂ, ਨਾਂ ਕੀ ਕੀ ਉਹਨਾਂ ਦੇ? ਵੱਡਾ ਕਰਮ ਸਿੰਘ, ਨਿੱਕਾ ਦਵਾਨ ਸਿੰਘ, ਨਿੱਕਾ ਗਿਆਨ ਸਿੰਘ, ਫੌਜਾ ਸਿੰਘ। ਅੱਛਾ, ਠੀਕ ਹੋ ਗਿਆ। ਇਹ ਕਿੱਥੇ ਬੈਠੇ ਆ ਗਏ ਸਾਰੇ? ਉਹ ਤੇਰੇ ਤਾਂ ਇੱਥੇ ਉੱਚੀ ਬੱਸੀ ਮਰ ਗਏ ਹਨ। ਅੱਛਾ, ਦਾਦੇ? ਦਾਦੇ ਕਿਹੜੇ ਕਿਹੜੇ? ਇਹ ਦਵਾਨ ਸਿੰਘ, ਗਿਆਨ ਸਿੰਘ, ਫੌਜਾ ਸਿੰਘ। ਇੱਥੇ ਆਏ ਸਨ? ਇੱਥੇ ਆਏ ਤਿੰਨੇ ਭਰਾ। ਅਤੇ ਬਾਕੀ? ਬਾਕੀ ਉਹ ਸਰਹੰਦ ਕੋਲ ਹੋਏ। ਕਿਹੜਾ ਪਿੰਡ? ਉੱਥੇ ਉੱਥੇ ਬੈਠੇ, ਉੱਥੇ ਰਹਿ ਗਏ ਕਰਮ ਸਿੰਘ, ਉੱਥੇ ਜਾ ਗਿਆ ਵੱਡਾ ਇਹਨਾਂ ਨਾਲ। ਅੱਛਾ, ਦੂਜੇ ਸਾਰੇ ਇੱਥੇ ਆ ਗਏ। ਅਤੇ ਤੁਹਾਡੇ ਬਾਪ ਕਿੰਨੇ ਭਾਈ ਸਨ? ਦੋ। ਕੀ ਨਾਂ ਸੀ ਉਹਨਾਂ ਦੇ? ਇਹ ਵੱਡਾ ਨੱਥੂ ਲੰਬੜ, ਨਿਕਾ ਨਹੀਂ, ਤੁਹਾਡੇ ਪਿਤਾ ਜੀ? ਇਹ ਤਿੰਨ ਭਾਈ, ਜਾਗਰ ਸਿੰਘ, ਬਹਾਦਰ ਸਿੰਘ, ਪਿਆਰਾ ਪਿਆਰਾ ਸਿੰਘ, ਸਭ ਤੋਂ ਛੋਟੇ ਪਿਆਰਾ ਸਿੰਘ। ਹਾਂ, ਠੀਕ। ਅੱਛਾ, ਤੇ ਖੂਹ ਦਾ ਕੀ ਨਾਂ ਸੀ? ਤਾਰੂ ਵਾਲਾ। ਤਾਰੂ ਵਾਲਾ ਖੂਹ? ਤੁਹਾਨੂੰ ਕੋਈ ਸੰਭਾਲ ਨਹੀਂ, ਸੁਣਿਆ ਹੀ ਹੈ? ਨਹੀਂ, ਸੰਭਾਲ ਕੋਈ ਨਹੀਂ, ਜਾਂਦਾ ਹਾਂ ਬੁੜਿਆਂ ਨਾਲ ਨਹਾਉਣਾ ਆਲੂ 'ਚ। ਅੱਛਾ, ਥੋੜ੍ਹੀ ਥੋੜ੍ਹੀ ਧੁੰਦਰੀ ਯਾਦ ਹੈ? ਹਾਂ, ਲੈ ਜਾਂਦੇ ਹਨ ਚੁੱਕ ਕੇ। ਅੱਛਾ, ਜਦੋਂ ਉੱਤਰ ਜਾਣਾ ਅਤੇ ਭੱਜਣ ਲੱਗ ਪੈਣਾ। ਅਤੇ ਜਿਹੜੀ ਗਾਦੀ ਉਹ 'ਚ ਬਿਠਾਉਂਦੇ ਸਨ? ਆਹੋ। ਅੱਛਾ, ਗਾਦੀ ਸਾਰੇ ਸਾਰੇ ਜੱਟਾਂ ਨੇ ਗਾਦੀਆਂ ਹੋਣੀਆਂ। ਹਾਂ, ਅਤੇ ਉੱਤੇ ਢੋਲ ਲਾ ਕੇ ਅਤੇ ਉੱਥੇ ਬਹਿ ਰਹਿਣਾ, ਸੁੱਤੇ ਰਹਿਣਾ ਉੱਥੇ ਸਾਰਾ ਦਿਨ ਸਾਰਿਆਂ ਨੇ। ਹਾਂ, ਜਿਹਦੀ ਤੇਰੀ ਵਾਰੀ ਹੈ, ਤੂੰ ਜੋਗ ਜੋ ਲਈਏ। ਅੱਛਾ, ਗਾਦੀ 'ਤੇ ਇੱਕੋ ਹੀ ਖੂਹ ਸੀ ਤੁਹਾਡਾ ਉੱਥੇ? ਤਿੰਨ ਖੂਹ ਹਨ, ਇੱਕ ਢੀਆਂ ਵਾਲਾ, ਅਤੇ ਇੱਕ ਤਾਰੂ ਵਾਲਾ, ਹਾਂਜੀ, ਅਤੇ ਇੱਕ ਟਾਹਲੀ ਵਾਲਾ, ਉਹ ਹੀ ਪਰੋਚਕਿਆਂ ਦੇ ਮੁੰਡ। ਅੱਛਾ, ਉਹ ਨਹੀਂ ਮੈਂ ਵੇਖਿਆ, ਉਹ ਬੁੱਢੇ ਗੱਲਾਂ ਦੱਸਦੇ। ਅੱਛਾ, ਬੁੱਢਾ ਉਹ ਨਹੀਂ ਵੇਖਿਆ ਤੁਸੀਂ? ਨਹੀਂ, ਉਹਨਾਂ ਬਾਰੇ ਬਜ਼ੁਰਗੇ ਦੱਸਦੇ ਸਨ। ਠੀਕ ਹੈ, ਅਤੇ ਕੀ ਦੱਸਦੇ, ਕਿਸ ਤਰ੍ਹਾਂ ਦਾ ਪਿੰਡ ਸੀ ਤੁਹਾਡਾ? ਪਿੰਡ ਸਾਡਾ ਬਹੁਤ ਇੱਕ ਨੰਬਰ। ਅੱਛਾ, ਬਾਣੀਆਂ ਦੇ ਬੜੇ ਘਰ ਹਨ, ਸ਼ਾਹਾਂ ਦੇ ਬੜੇ ਘਰ ਹਨ, ਵਕੀਲ ਉੱਥੇ, ਬੜਾ ਪਿੰਡ ਤਗੜਾ ਹੈ। ਅੱਛਾ, ਕੋਈ ਨਾਂ ਦੱਸੋ ਬਾਣੀਆਂ ਦੇ, ਵਕੀਲਾਂ ਦੇ, ਜਿਹੜੇ ਸਰਦਾਰਾਂ ਦੇ ਦੱਸੇ ਨੇ ਬਜ਼ੁਰਗਾਂ ਨੇ। ਪੰਨੇ ਸ਼ਾਹ ਹੈ, ਹਾਂਜੀ, ਅਤੇ ਇੱਕ ਦੁਰਗਾ ਸ਼ਾਹ, ਹਾਂਜੀ, ਅਤੇ ਉਹਦੇ ਅੱਗੋਂ ਔਲਾਦ ਦਾ ਨਾ ਮੈਨੂੰ ਪਤਾ। ਅੱਛਾ, ਵੱਡੇ ਬਾਣੀਆਂ ਸਨ ਇਹ। ਇਹ ਕਿੱਥੇ ਚਲੇ ਗਏ ਨੇ, ਇੱਥੇ ਕਿੱਥੇ ਬੈਠੇ ਆ ਕੇ? ਜੰਮੂ ਰਾਜੇ ਦੇ ਮੰਦਰ ਦੇ ਕੋਲ ਇਹ। ਅੱਛਾ, ਜੰਮੂ ਰਾਜੇ ਦੇ ਮੰਦਰ, ਮੰਦਰ ਦੇ ਕੋਲ ਕੋਲ ਉਹਨਾਂ ਦਾ ਘਰ ਹੈ, ਘਰ ਦੁਕਾਨਾਂ। ਅੱਛਾ, ਤੇ ਦੂਜਾ ਦੁਰਗਾ ਸ਼ਾਹ ਅੰਮ੍ਰਿਤਸਰ। ਉਹ ਅੰਮ੍ਰਿਤਸਰ ਹੈ? ਕਦੀ ਇੱਧਰ ਆ ਕੇ ਮਿਲੇ ਤੁਹਾਨੂੰ? ਹੋਰ ਆ ਪੈਲੀ ਨਹੀਂ ਉਹਨਾਂ ਦੀ? ਅੱਛਾ, ਲਾਲ ਹੋਰਾਂ ਜਿਹੜੀ ਲਈ ਹੋਈ ਹੈ। ਅੱਛਾ, ਇੱਥੇ ਉੱਚੀ ਬੱਸੀ ਪੈ ਸੀ ਪੈਲੀ ਇਹਨਾਂ ਦੀ?
52 किले वो वड़े लाठी वो बेच के तुर गए। हाँ बेच के। अच्छा 15,000 दी। 15,000 सारी 52 किले 52 किले जमीन सी उन्होंने। की सी नाँ शाह का? दुर्गा शाह। दुर्गा शाह ठीक हो गया। अच्छा हुण तुसी इत्थे बैठे उच्ची बस्सी इहदी तहसील दसूआ जिला हुशियारपुर। जिला हुशियारपुर ठीक है। डाकखाना लमीन पंडोरी। अच्छा जुधाले तुसी किन्ने टब्बर इत्थे बैठे हो? इत्थे कल्ला ही। कल्ला ही टब्बर? इक्को ही आ टब्बर नथू लंबड़दार दा। दो तुर गए, दो घर तुर गए। अच्छा दो घर कित्थे चल गए? ओ छनी। अच्छा छनी नथू दे जिहड़े भरा सन। चरीका। चरीका तुहाडा किहड़े किहड़े ने उस छनी? ਉਹ ਮਰ ਮੁਰ ਗਏ ਨੇ। ਕੀ ਨਾਂ ਉਹਨਾਂ ਦੇ ਜਿਹੜੇ ਆਏ ਨੇ ਇੱਥੇ? ਉੱਥੇ ਨਾਂ ਤਾਂ ਨਹੀਂ ਮੈਨੂੰ ਹੁਣ, ਅੱਗੋਂ ਲਾਤਾ ਨਹੀਂ ਪਤਾ ਮੈਨੂੰ। ਅੱਛਾ ਜਿਹੜੇ ਆਏ ਸੀ ਉਹਨਾਂ ਦਾ ਨਾਂ ਨਹੀਂ ਪਤਾ? ਉਹ ਦੌਲਾ, ਦੌਲ ਸਿੰਘ, ਲਾਲ ਸਿੰਘ, ਮੰਗਲ ਸਿੰਘ ਅਤੇ ਉਹ ਦੂਜੇ ਨਾਲ ਕਿਆ ਹੈ ਯਾਰ। ਅੱਛਾ ਤੁਹਾਨੂੰ ਪਰਚੀ ਇੱਥੇ ਦੀ ਪਈ ਫਿਰ ਉੱਚੀ ਬੱਸੀ ਦੀ ਵੱਖਰੀ? ਇਹ ਤੁਹਾਡੇ ਪਿੰਡ ਕੋਲੋਂ ਪਾਇਆ ਹਾਲ ਹੀ ਸੀ, ਤੁਹਾਡੇ ਪਿੰਡ ਦੇ ਲੋਕ ਨੇ ਫਿਰੋਜ਼ ਕੇ ਨਾਗਰੇ ਆ। ਇਹ ਆਹ ਲਈ ਸੀ, ਛੰਨੀ ਵੀ ਪਈ ਸਾਨੂੰ ਪੈਲੀ। ਅੱਛਾ ਅੱਛਾ ਪੈਲੀ ਤੁਹਾਨੂੰ ਪਈ ਛੰਨੀਆਂ ਅਤੇ ਲੈ ਉਹ ਵੇਚ ਕੇ ਇੱਥੇ ਲਈ ਤੁਸੀਂ ਉੱਚੀ ਬੱਸੀ? ਇਹ ਸਾਨੂੰ ਫਿਰੋਜ਼ ਕੇ ਵਾਲਿਆਂ ਕੋਲੋਂ ਸਾਡੇ ਦਾਦੇ ਪੜਦਾਦਿਆਂ ਨੇ ਲਈ ਹੋਈ ਸੀ। ਦਸ ਪੈ ਟਾਲੀ ਵਾਲਾ ਖੂਹ ਸੀ। ਅੱਛਾ ਉਹਦੇ ਵੱਟੇ ਇੱਧਰ ਪਈ ਹੈ ਅਤੇ ਜਿਹੜਾ ਤੁਹਾਡਾ ਸੀ ਉਹ ਤਾਰੂ ਵਾਲਾ ਖੂਹ ਉਹ ਛੰਨੀ ਪਈ ਉਹ ਫਿਰ ਦੇਤੀ ਤੁਸੀਂ? ਉਹ ਦੇ ਆਏ ਡੇਰਾ ਬਾਬੇ ਨਾਨਕ ਦੇ ਕੋਲ ਸ਼ਕਰੀ ਪਿੰਡ ਹੈ, ਕੁਝ ਉੱਥੇ ਪਈ। ਕੁਝ ਉੱਥੇ ਪਈ ਉਹ ਵੀ ਵੇਚਤੀ? ਉਹੀ ਠੀਕ। ਅੱਛਾ ਤੁਹਾਡੇ ਨਾਨਕੇ ਕਿੱਥੇ ਸਨ? ਉੱਥੇ ਭੋਪਾਲ ਵਾਲੇ। ਭੋਪਾਲ ਵਾਲੀ ਸਨ? ਚੀਮੇ ਸਨ? ਚੀਮੇ ਭੋਪਾਲ ਵਾਲੇ ਦੇ ਚੀਮੇ। ਨਾਨੇ ਦਾ ਨਾਂ ਹੈ ਚੇਤੇ ਆ? ਨਾਂ ਯਾਰ ਹੀ ਗਹਿਣਾ ਸਿੰਘ। ਗਹਿਣਾ ਸਿੰਘ ਅਤੇ ਮਾਮਿਆਂ ਦਾ ਨਾਂ? ਯਾਰਾ ਸਿੰਘ। ਇੱਕੋ ਮਾਮਾ ਸੀ? ਇੱਕੋ ਹੀ ਭਰਾ ਚਾਚੇ ਦੇ ਹਨ ਉਹ ਜਦੋਂ ਮਿਲਦੇ ਗਿਰਦੇ ਨੇ। ਹਾਂ ਅੱਛਾ ਹੁਣ ਉਹ ਨਾਨਕੇ ਮਿਲਦੇ ਨੇ? ਨਾਨਕੇ ਜਿਹੜੇ ਅਗਲਾ ਪਰਿਵਾਰ ਆ ਉਹ ਮਿਲਦਾ? ਮਿਲਦਾ ਆ ਨਾਨਕਿਆਂ ਦਾ ਮਿਲਦਾ ਮਿਲਦਾ ਯੂਪੀ ਬੈਠੇ। ਅੱਛਾ ਯੂਪੀ ਚਲੇ ਗਏ ਨੇ ਠੀਕ ਹੋ ਗਿਆ। ਅਤੇ ਤੁਹਾਡੀ ਜਿਹੜੀ ਮਾਤਾ ਸੀ ਵਾਲਦਾ ਮਾਂ ਉਹਦਾ ਕੀ ਨਾਂ ਸੀ? ਹਰਨਾਮ ਕੌਰ। ਚਾਚੀ ਦੇ ਨਾਂ ਕਰਤਾਰ ਕੌਰ, ਬਹਾਦਰ ਸਿੰਘ ਦੇ ਘਰੋਂ। ਅੱਛਾ ਅੱਛਾ ਕਰਤਾਰ ਕੌਰ ਸੀ ਇਹਨਾਂ ਨਾਂ ਹਰਨਾਮ ਕੌਰ ਅਤੇ ਚੰਗੇ ਖੜਕੇ ਦੜਕੇ ਵਾਲੇ ਸੀ ਹੋਰ। ਅੱਛਾ ਵਰਤਨ ਭਾਜੀ 'ਚ ਸਾਰੇ ਸ਼ਾਮਿਲ ਹੁੰਦੇ ਸਭ ਜੜ ਕੇ ਵੱਧ ਚੜ ਕੇ? ਅੱਛਾ ਮੁਸਲਮਾਨ ਨਾਲ ਭਾਜੀ ਸੁੱਕੀ ਦੇਣੀ ਸੁੱਕੀ ਲੈਣੀ ਸੁੱਕੀ ਲੈਣੀ ਇਹ ਦੱਸਦੇ ਹਨ ਠੀਕ ਹੈ। ਅੱਛਾ ਤੁਹਾਡੇ ਜਿਹੜਾ ਇਹ ਸਾਰਾ ਜਧਾਲਾ ਪਿੰਡ ਤੁਹਾਡਾ ਸ਼ਰੀਕਾ ਸਾਰਾ ਠੀਕ ਠਾਕ ਆ ਗਿਆ ਇੱਥੇ? ਇਹ ਛੰਨੀ ਨਹੀਂ ਠੀਕ ਠਾਕ। ਇਹ ਦੋ ਮਰੇ ਗਏ ਹਨ, ਇਹ ਚੂੜ ਸਿੰਘ ਭਾਈ ਚੂੜ ਸਿੰਘ ਅਤੇ ਉਹ ਪਿਓ ਪੁੱਤਰ ਆਪਣੇ ਚਵਾਰੇ 'ਚ, ਦੋਵੇਂ ਪਿਓ ਪੁੱਤਰ ਚਵਾਰੇ 'ਚ ਮਾਰੇ ਗਏ ਸਨ। ਹਮਲਾ ਹੋ ਗਿਆ ਉੱਥੇ? ਉਹ ਤਾਂ ਉਹਨਾਂ ਪਿੰਡ ਵਾਲੇ ਹੀ ਮਾਰੇ ਹਨ। ਅਤੇ ਪਿੰਡ ਵਾਲੇ ਮਾਰਤੇ ਸਨ? ਕੋਈ ਲਾਗਤਬਾਜ਼ੀ ਸੀ? ਨਹੀਂ ਉਹ ਕੋਈ ਨਾ ਐਸਰ ਸਿੱਖ ਸੀ ਤਿਆਰ ਨਹੀਂ ਮਾਰ ਛੱਡੋ। ਅੱਛਾ ਉਹ ਪਿੱਛੇ ਰਹਿ ਗਏ ਹੋਣੇ ਨਾ ਇਕੱਲੇ? ਨਹੀਂ ਉਹ ਤਾਂ ਇਸ ਵੇਲੇ ਵੜ ਛੱਡੇ ਹਨ ਮੁਸਲਮਾਨਾਂ ਨੇ। ਅੱਛਾ ਲੋਡੇ ਵੇਲੇ? ਹਾਂ ਉਹ ਤਾਂ ਪਿੰਡ ਸੀ ਸਾਡਾ, ਕੋਈ ਖੂਹਾਂ 'ਤੇ ਕੋਈ ਕੁਛ, ਅਤੇ ਉਹ ਚੌਂਕੇ ਉਹਨੇ ਜਿਹਨ ਮਾਰਿਆ ਸੀ ਮੁਸਲਮਾਨ ਸੀ ਉਹਦੇ ਕੋਲ 20-22 ਬੰਦੇ ਹਨ ਨਾਲ। ਕਿਹੜਾ ਮੁਸਲਮਾਨ ਸੀ ਉਹ? ਕੀ ਮੈਨੂੰ ਅੱਛਾ ਨਾਂ ਨਹੀਂ ਪਤਾ, ਯਾਨੀ ਕਿ ਮਸ਼ਹੂਰ ਸੀ ਉੱਥੇ ਮੁੰਡਾ ਹਮਲੇ ਕਰਦਾ ਸੀ? ਮੁੰਡਾ ਖੁੰਡਾ ਸੀ ਹਮਲੇ ਕਰਦਾ ਸੀ। ਬਾਕੀ ਤੁਸੀਂ ਸਾਰੇ ਪਿੰਡੋਂ ਨਿਕਲ ਗਏ ਫਿਰ? ਨਹੀਂ ਫਿਰ ਅਗਲੇ ਦਿਨ ਦੂਜੇ ਦਿਨ ਤੀਜੇ ਨਿਕਲੇ। ਅੱਛਾ ਤੀਜੇ ਦਿਨ ਰਾਤ ਨੂੰ ਜਦੋਂ ਉਹਨਾਂ ਨੇ ਆਖਿਆ ਨਾ ਭਾਈ ਚੂੜ ਸਿੰਘ ਵੜ ਛੱਡਿਆ ਵੇ ਕੱਲ ਹੀ ਆ ਅਤੇ ਬੰਦੇ ਨਾ ਉਹ ਤੂੰ ਮੈਂ ਡਰ ਗਏ, ਉਹ ਸਾਡਾ ਸੀ ਲੀਡਰ ਅਤੇ ਉਹ ਹੀ ਮਾਰ ਛੱਡਿਆ ਵੇ। ਅੱਛਾ ਅਤੇ ਚਲੋ ਲੋਕ ਪਿੰਡ ਘਰ ਛੱਡ ਕੇ ਖੂਹਾਂ 'ਤੇ ਤੁਰ ਗਏ। ਅੱਛਾ ਖੂਹਾਂ 'ਤੇ ਜਾ ਕੇ ਕਿਸੇ ਰੋਟੀ ਪਕਾਈ ਕਿਸੇ ਨਾ ਪਕਾਈ ਅਤੇ ਅਗਲੇ ਦਿਨ ਚਲੋ ਇੱਥੋਂ ਚਲੋ। ਅੱਛਾ ਚੱਲ ਪਏ ਫਿਰ ਸਾਰੇ? ਉਹ ਸਾਰੇ ਜੁੱਟਾਂ ਦੇ ਜੁੱਟ ਹੋ ਕੇ। ਕੋਈ ਸਮਾਨ ਨਹੀਂ ਲਿਆ?
कोई चीज नहीं ली। अच्छा, कोई जुत्ती भी नहीं पाई। जुत्ती भी नहीं पाई, नंगे पैर चल पे। चल पे मार चढ़ना निकलो। हाँ, उन्हें कपड़िया ची उन्होंने इन्ना ची ਤੁਹਾਡੇ ਬੰਦੇ ਤੇ ਚੁੱਟ ਤਗੜੇ ਸਨ ਤੇ ਫਿਰ ਪਿੰਡਾਂ ਤੇ ਅੱਗੇ ਨਹੀਂ ਹੈ ਨਾ ਤਗੜਾ ਕੋਈ ਵੀ। ਅੱਛਾ, ਪਿੰਡ ਸਾਰੇ ਪੈ ਗਏ ਸਨ। ਇਹ ਅਸੀਂ ਫਿਰ ਹੀ ਨਹੀਂ ਚੁੱਕਦੇ, ਤੂੰ ਮਾਰੀ ਜਾ। ਅੱਛਾ ਅੱਛਾ, ਉੱਥੇ ਬਹੁਤੇ ਸਨ ਇਕੱਠੇ ਹੋ ਗਏ। ਹੁਣ ਯਾਰਾ ਪਿੰਡ ਹੁਣ ਉੱਚੀ ਬਸੀ ਸਾਡਾ, ਇੱਥੇ ਅਸੀਂ ਦਸ ਬੰਦੇ ਕੀ ਕਰਾਂਗੇ ਪਿੰਡ ਅੱਗੇ। ਇਹ ਸਾਰਾ ਪਿੰਡ ਪੈ ਗਏ, ਸਾਰਾ ਪਿੰਡ ਪੈ ਗਏ ਤੇ ਆਹ ਫਿਰ ਚੂਹੇ ਅੱਗੇ ਉਹ ਹੱਥ ਹੀ ਨਹੀਂ ਚੁੱਕਣਾ। ਮਾਰ ਲਓ ਮਾਰ ਲਓ। ਅੱਛਾ, ਮਾਰ ਲਓ ਮਾਰ ਲਓ। ਅੱਛਾ ਵਾਹ, ਨਹੀਂ ਤਾਂ ਏਡੇ ਏਡੇ ਜਵਾਨ ਬੰਦੇ ਹਨ ਸਾਡੇ ਜਿਹੜੇ। ਬਾਪੂ ਗਿਆਨ ਕੋਲੋਂ ਤੇ ਲਾਕਾ ਡਰਦਾ ਸੀ ਪਿੰਡ ਤੇ ਕਿੱਥੇ ਰਹਿ ਗਏ। ਅੱਛਾ, ਗਿਆਨ ਸਿੰਘ ਮਸ਼ਹੂਰ ਸੀ ਉੱਥੇ। ਹਾਂ, ਕਿੱਥੇ ਵਾਲੇ? ਸੋਲਾਂ ਵਾਲੇ ਨਾਲ, ਸੋਲਾਂ ਪਿੰਡ ਹਨ। ਅੱਛਾ, ਅੱਛੀ ਇਹਨਾਂ ਦੇ ਸੱਕੇ ਮਾਮੇ ਲਾਭੇ ਦੇ ਕਰਤਾਰ ਸਿੰਘ। ਬੰਦੇ ਪੰਜ ਛੇ ਕੀ ਕਰ ਸਕਦੇ, ਦਸ ਬੰਦਿਆਂ ਤੇ ਅੱਗੇ ਸਾਨੂੰ ਹੁਕਮ ਸੀ ਵੀ ਨਿਕਲ ਚਲੋ ਇੱਥੋਂ, ਜਾਓ ਜਾਨ ਬਚਾ ਕੇ ਨਿਕਲੀ। ਇਹ ਭੁੱਲਰਾਂ ਦਾ ਬੂਟਾ ਸਿੰਘ ਸੀ, ਉਹ ਭਲਵਾਨ ਸੀ ਤੁਹਾਡੇ ਪਿੰਡ ਦਾ? ਨਹੀਂ, ਭੁੱਲਰ ਨਾਲ ਪਿੰਡ ਜੀ। ਅੱਛਾ, ਭੁੱਲਰ ਪਿੰਡ ਦਾ। ਅੱਛਾ, ਤੇ ਬੂਟਾ ਸਿੰਘ ਉਹ ਸੱਤ ਭਰਾ ਹਨ, ਇਹ ਭਲਵਾਨ ਸੀ। ਅੱਛਾ, ਭਲਵਾਨ ਤੇ ਉਹਦੇ ਨਾ ਉਹ ਜਿਹੜੀ ਇਹ ਨਾ ਪੰਜ ਮਣ ਦੀ ਜਿਹ 'ਚ ਚੌਲ ਬਣਾਉਂਦੇ ਸੀ, ਦਾਲਾਂ ਬਣਾਉਂਦੇ, ਉਹ ਖੂਹ ਦੇ ਵਿੱਚ ਲਮਕਾਣੀ ਹੈ। ਉਹ ਪਾਣੀ ਦੀ ਭਰ ਕੀਤੀ ਏ ਤੇ ਫਿਰ ਉਹ ਚਰਖੜੀ ਤੇ ਚਾੜ ਕੇ ਨਾ ਤੇ ਕੱਲੇ ਨੇ ਖਿੱਚਣੀ, ਉਹਨੇ ਕੱਲੇ ਨੇ ਖਿੱਚਣੀ ਏ। ਇੰਨਾ ਜ਼ੋਰ ਵਾਲਾ ਸੀ, ਇੰਨਾ ਜ਼ੋਰ ਵਾਲਾ ਤੇ ਜਦੋਂ ਤੂੰ ਤੇ ਮੈਂ ਜਿੱਦ ਪਏ ਆ, ਉਹ ਆਖਣਾ ਜਾਣਾ ਕਿੱਥੇ ਸੀ, ਭਰ ਕੀਤੀ ਏ ਤੂੰ ਹੀ ਕੱਢ, ਮੈਂ ਵੀ ਕੱਢਣਾ। ਚਲੋ ਕੱਢੀ ਦੋ, ਆਖਣਾ ਇਹ ਅਜੇ ਵੀ ਚੁੱਕੀ ਜਾਂਦਾ ਮੇਰੇ ਨਾਲ। ਫਿਰ ਭਰਦੇ, ਭਰ ਕੀਤੀ ਏ ਤੇ ਉਹ ਲਾ ਕੇ ਉਹਦੇ ਤੋਂ ਫਿਰ ਮੁੱਠੀ ਖਿੱਚਣੀ, ਮੁੱਠੀ ਖਿੱਚਣੀ। ਅੱਛਾ, ਹੈਂ ਤੇ ਖੂਹ ਹੁੰਦੇ ਸਨ ਡੂੰਘੇ, ਤੇ ਪਾਣੀ ਡੂੰਘਾ ਸੀ, ਪਾਣੀ ਬਹੁਤ ਡੂੰਘਾ। 125 ਟਿੰਡਾਂ ਅਸੀਂ ਜਦਾਲੇ ਦੇ ਤਰੂ ਵਾਲੇ ਖੂਹ ਤੇ ਛੱਡ ਕੇ ਆਏ ਵਗਦੇ। ਅੱਛਾ, 125 ਟਿੰਡਾਂ ਹੁੰਦੀਆਂ ਸਨ ਖੂਹ ਦੀਆਂ? ਪੰਜ ਸੇਰ ਦੀ ਲੋਹੇ ਦੀਆਂ ਟਿੰਡਾਂ, ਪੰਜ ਸੇਰ ਦੀ ਇੱਕ ਇੱਟ, ਇੱਕ ਇੱਕ ਟਿੰਡ। ਵਾਹ ਜੀ ਵਾਹ, ਜਾਣੀ ਕਿ ਡੂੰਘੇ ਖੂਹ, ਪਾਣੀ ਵੀ ਡੂੰਘਾ ਸੀ, ਪਾਣੀ ਬਹੁਤ ਡੂੰਘਾ। ਜ਼ਮੀਨ ਚੰਗੀ ਸੀ? ਜ਼ਮੀਨ ਇੱਕ ਪਹਿਲੀ ਆਉਂਦਾ ਤਾਂ ਨਾ ਨਾ ਲੈਣਾ, ਪਰ ਮਾੜਿਆਂ ਬੰਦਿਆਂ ਕੋਲੋਂ ਨਹੀਂ ਪਾਣੀ ਸੁਰਦਾ। ਅੱਛਾ, ਮਾੜੇ ਬੰਦੇ ਜੱਟ, ਫਸਲ ਹਰ ਇੱਕ ਹੋ ਜਾਂਦੀ ਸੀ, ਫਸਲ ਹਰ ਇਹ ਮਾੜਿਆਂ ਬੰਦਿਆਂ ਕੋਲ, ਜੱਟਾਂ ਕੋਲ ਨਹੀਂ ਪੂਰਾ ਪਾਣੀ ਹੁੰਦਾ। ਅੱਛਾ, ਤੁਹਾਡੇ ਪਿਤਾ ਜੀ ਦਾ ਕੋਈ ਸੱਜਣ ਵੇਲੀ ਆਇਆ ਸੀ ਮੁਸਲਮਾਨ ਉੱਥੇ? ਲੱਕੜ ਚੁੱਕਦੇ ਸਨ ਤੇ ਇਕੱਠੇ ਸਾਈ ਸੀ ਵਜ਼ੀਰ, ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ। ਨਹੀਂ, ਉਹ ਖਰੇ ਪਤਾ ਨੀ ਮਰ ਗਿਆ ਸੀ, ਚਿੱਠੀਆਂ ਤੇ ਫਿਰ ਇਹ ਲਡਾਰੀ ਤੇ ਜਿਹੜੀ ਤੁਹਾਡੇ ਚਾਚੇ ਬਹਾਦਰ ਸਿੰਘ ਨੂੰ ਚਿੱਠੀਆਂ ਆਉਂਦੀਆਂ ਰਹੀਆਂ, ਉਹ ਕਿਹਦੀਆਂ ਆਉਂਦੀਆਂ ਨੇ? ਉਹਦਾ ਹੀ ਯਾਰ ਸਰਦਾਰਾ ਮੁਸਲਮਾਨ ਰਾਈ। ਹਾਂ, ਅੱਛਾ ਜੀ, ਉਹਦੇ ਕੋਲ ਉਹ ਭੇਜਦਾ, ਉਹ ਚਿੱਠੀਆਂ ਭੇਜਦਾ ਸੀ, ਹਾਲ ਚਾਲ ਲਿਖਦਾ ਸੀ ਸਾਰੇ ਪਿੰਡ ਦਾ। ਇਹ ਧਰਮ ਦੇ ਭਰਾ ਬਣੇ ਹੋਏ ਹਨ। ਅੱਛਾ, ਠੀਕ। ਅੱਛਾ, ਤੁਹਾਡਾ ਇੱਕ ਜਿਹੜਾ ਚਚੇਰਾ ਭਰਾ, ਆਓ ਜੀ, ਤੁਹਾਡਾ ਚਚੇਰਾ ਭਾ ਸ਼ਿੰਗਾਰਾ ਸਿੰਘ, ਕਹਿੰਦੇ ਜਦੋਂ ਇਹ ਜੰਮੇ ਦੇ ਇੱਥੇ ਨਾ, ਜਦੋਂ 1971 ਦੀ ਲੜਾਈ ਹੋਈ ਹੈ ਅਤੇ 1965 ਦੀ 'ਚ ਉਹ ਚੱਲ ਗਿਆ ਸੀ ਪਾਕਿਸਤਾਨ। ਸ਼ਿੰਗਾਰਾ? ਹਾਂ, ਨਹੀਂ ਨਹੀਂ, ਇਹ ਹੀ ਜਦੋਂ ਬੰਗਲਾਦੇਸ਼ 'ਚ ਫੌਜ 'ਚ ਨੌਕਰ ਸੀ। ਅੱਛਾ, ਅਤੇ
ਇਹੀ ਸਾਈ ਉਹੀ ਡਾਕਟਰ ਸੀ ਫੌਜ 'ਚ। ਅੱਛਾ ਇਹ ਜੰਮ ਬੰਗਲਾਦੇਸ਼ 'ਚੋਂ ਨਾ ਫੇਰ ਕੇ ਘੇਰ ਕੇ ਨਾ ਅਤੇ ਲੈਣ ਦੀ ਫੌਜ ਜਿੰਨੀ ਉਹਨਾਂ ਦੀ ਹੈਗੀ ਸੀ ਬੰਗਲਾਦੇਸ਼ ਵਾਲਿਆਂ ਦੀ। ਅੱਛਾ ਇਹ ਫਿਰ ਨਾ ਉੱਥੇ ਪਤਾ ਨਹੀਂ ਕਿਹੜਾ ਸ਼ਹਿਰ ਹੈ ਇੱਥੇ ਆਪਣੇ ਹਿੰਦੁਸਤਾਨ 'ਚ ਉੱਥੇ ਉਹ ਨਾ ਸਾਈ ਪੁੱਛਦਾ ਫੇਰੇ ਕਰੇ ਜਦੋਂ ਨਾਲ ਤਾਰ ਤੋਂ ਇੰਨਾ ਇੰਨਾ ਕੋਈ ਜਤਾਲੇ ਦਾ ਬੰਦਾ ਵੀ ਕੋਈ ਹੈਗਾ ਹੈ ਕੋਈ ਫੌਜ 'ਚ ਜਤਾਲੇ ਦਾ। ਹਾਂਜੀ ਇਹ ਡਿਊਟੀ 'ਤੇ ਸੀ ਇਹਨੂੰ ਆਉਂਦੇ ਨੇ ਯਾਰਾ ਤੁਸੀਂ ਪਿੰਡ ਤੇਰਾ ਕਿਹੜਾ ਇਹ ਉੱਚੀ ਬਸਤੀ ਇਹ ਜਤਾਲੇ ਦੇ ਬੰਦਾ ਇੱਕ ਉਹ ਲੱਭਦਾ ਫਿਰਦਾ ਉਹਨੂੰ ਹੱਥ ਮਾਰਿਆ ਇਹਨੇ ਅਤੇ ਘੁੰਮ ਕੇ ਆ ਗਿਆ ਅਤੇ ਦੱਸ ਜਤਾਲੇ ਦਾ ਅੱਛਾ ਤੂੰ ਕੌਣ ਹੈ ਮੈਂ ਉਹ ਚਾਹ ਤੁਹਾਨੂੰ ਘੇਰ ਕੇ ਲਾਇਆ। ਅੱਛਾ ਜਤਾਲੇ 'ਚ ਇੱਕ ਦੱਸ ਆਉਂਦਾ ਹੈ ਜਤਾਲੇ ਦਾ ਮੈਂ ਸਾਈ ਅਤੇ ਤੂੰ ਕਿਸੇ ਨੂੰ ਜਾਣਨਾ ਹੈ ਆਉਂਦਾ ਤੂੰ ਨਾਂ ਤਾਂ ਲੈ ਆਹ ਬਹਾਦਰ ਸਿੰਘ ਪਿਆਰਾ ਸਿੰਘ ਜਾਗਰ ਸਿੰਘ ਇਹ ਤਾਰੂ ਵਾਲਾ ਖੂਹ ਆਉਂਦਾ ਉਹ ਤਾਂ ਇਹੀ ਆ ਮੈਂ ਬਹਾਦਰ ਸਿੰਘ ਦਾ ਲੜਕਾ ਵੱਡਾ ਅਤੇ ਹੈ ਇੱਕ ਕੰਮ ਕਰਦਾ ਮੈਨੂੰ ਬੀੜੀਆਂ ਲਿਆ ਕੇ ਕਿਤੇ ਆਉਂਦਾ ਅੱਛਾ ਬੀੜੀਆਂ ਅਤੇ ਤੀਲਾ ਮੀਟਰ ਆਉਂਦਾ ਇੱਥੇ ਨਹੀਂ ਮੇਰੇ ਕੋਲ ਆਇਆ ਜਾਂਦਾ ਅਤੇ ਕੱਲ੍ਹ ਤੂੰ ਇੱਥੇ ਨਾ ਆਲੇ ਦੁਆਲੇ ਫਿਰਦਾ ਰਹੀ ਅਤੇ ਮੈਂ ਤੈਨੂੰ ਲਿਆਦਾਂਗਾ ਮੈਂ ਕੋਲ ਨਹੀਂ ਤੇਰੇ ਜਾਣਾ ਅਤੇ ਮੈਂ ਪਿਸ਼ਾਬ ਦੇ ਭਾਅ 'ਚ ਇੱਥੇ ਬਹਿ ਜਾਂਦਾ ਅਤੇ ਇੱਥੋਂ ਤੂੰ ਆ ਕੇ ਅਤੇ ਕੋਈ ਨਾ ਨਾ ਮੇਰਾ ਕਿਤੇ ਲਈ ਮੈਨੂੰ ਵੀ ਬਾਹਰ ਕੱਢਣੀ। ਅੱਛਾ ਇਹ ਫਿਰ ਚੋਰੀ ਦੀ ਚੀਜ਼ ਕੀ ਹੁੰਦੀ ਹੈ ਯਾਰ। ਹਾਂਜੀ ਦੋ ਬੰਡਲ ਲਿਆਂਦੇ ਤਿੰਨ ਤੀਲਾਂ ਡੱਬੇ ਰੱਖੀ ਉਹਨੇ ਵੀ ਤੂੰ ਵੇਖ ਲਿਆ ਮੈਂ ਵੀ ਤੈਨੂੰ ਵੇਖ ਲਿਆ ਅਤੇ ਉਹ ਫੜ ਕੇ ਅਤੇ ਪਾ ਕੇ ਅਤੇ ਪਰਾ ਤੁਰ ਗਿਆ ਕਿਤੇ ਚੋਰੀ ਉਹ ਪੀਣੀ ਹਨ ਕਿਹੜਾ ਯਾਰ ਵੀ ਇਹ ਫਿਰ ਉੱਥੇ ਜਦੋਂ ਇਹਦੀ ਡਿਊਟੀ ਹੋਣੀ ਉਹਨੇ ਦੂਰੋਂ ਵੇਖ ਲੈਣਾ ਇਹਨੇ ਗੇਤਰੀ ਪਾ ਕੇ ਅਤੇ ਰੱਖ ਲੈਣੀ। ਅੱਛਾ ਉਹ ਸਾਈਆਂ ਦਾ ਮੁੰਡਾ ਸੀ ਜਲਾਲੇ ਦਾ ਕਿਹਦਾ ਮੁੰਡਾ ਸੀ ਉਹ ਇਹਨੇ ਮੈਨੂੰ ਪਤਾ। ਅੱਛਾ ਇਹ ਦੱਸੀ ਕਹਾਣੀ ਉਹਨੇ ਇਹ ਸ਼ਿਕਾਰੇ ਆ ਕੇ ਦੱਸਿਆ ਚਾਚਾ ਇੱਕ ਘੇਰ ਕੇ ਲਿਆਂਦਾ ਸੀ ਅਤੇ ਸਾਈ ਸੀ ਜਤਾਲੇ ਦਾ ਨਾਂ ਲੈਂਦਾ ਸੀ ਫਿਰ ਤੇਰਾ ਲਿਆ ਫਿਰ ਤਾਰੂ ਵਾਲੇ ਖੂਹ ਦਾ ਲਿਆ ਹਸਪਤਾਲ ਦਾ ਲਿਆ ਮੈਂ ਉਹ ਤਾਂ ਸਾਡਾ ਮੈਂ ਬਹਾਦਰ ਸਿੰਘ ਦਾ ਵੱਡਾ ਮੁੰਡਾ ਆਹੇ ਕੋਈ ਸੇਵਾ ਸੇਵਾ ਨਹੀਂ ਉੱਥੇ ਕੋਈ ਹੋ ਸਕਦੀ ਉਹਨੂੰ ਬੀੜੀਆਂ ਦੇ ਦੋ ਬੰਡਲ ਮੰਗਦਾ ਸੀ ਉਹ ਪੜਦੇ ਨਾਲ ਦੇਣੇ ਪੜਦੇ ਨਾਲ ਚੋਰੀ ਦੇਣੇ ਜੇ ਉਹਨੂੰ ਵੀ ਆਖਿਆ ਚੋਰੀ ਪਈ ਮੇਰਾ ਨਾਂ ਨਾ ਕਿਤੇ ਲੈ ਮੈਂ ਆਖਣਾ ਖੁਰ ਕੌਣ ਤਾਂ ਕਿਸੇ ਦਾ ਨਾਂ ਲੈਂਦਾ ਪਿਆ। ਅੱਛਾ ਤੁਹਾਡਾ ਘਰ ਕਿੱਥੇ ਕੁ ਸੀ ਉੱਥੇ ਪਿੰਡ ਵਿੱਚ ਪਿੰਡ ਪਿੰਡ ਵਿਚਕਾਰ ਸੀ ਨਹੀਂ ਇੱਕ ਉਰਲੇ ਪਾਸੇ ਖੂਹ ਸਾਡੇ ਵਾਲੀ ਸਾਡੇ ਦੋਵੇਂ ਘਰ ਹਨ ਇੱਧਰ ਸਿੱਖਾਂ ਦੇ ਅਤੇ ਦੂਜੇ ਅਤੇ ਦੂਜੀ ਗਲੀ ਕਿਤੇ ਲੱਗੇ ਘਰ ਤੁਹਾਡਾ ਮੁਸਲਮਾਨ ਹਨ ਯਾਰ ਮੈਨੂੰ ਨਾਵਾਂ ਦਾ ਨਹੀਂ ਪਤਾ। ਅੱਛਾ ਨਾਂ ਛੋਟੇ ਤੋਂ ਅਤੇ ਚਿਰ ਵੀ ਬੜਾ ਹੋ ਗਿਆ ਭੁੱਲ ਗਏ ਨਾਂ ਵੀ ਭੁੱਲ ਜਾਂਦੇ ਨੇ ਮਰ ਗਏ ਕਦੋਂ ਦੇ ਮਰ ਗਏ। ਹਾਂਜੀ ਹਾਂਜੀ ਕੁਛ ਕੁਛ ਹੈ ਨੇ ਜਿਹੜੇ 1947 ਹੁਣ ਥੋੜੇ ਬਹੁਤ ਹੈਗੇ ਨੇ ਉਹ ਸਰਦਾਰਾ ਸਿੰਘ ਜਿਹੜਾ ਸਰਦਾਰਾ ਸਿੰਘ ਜਾਣਦੇ ਹੋ ਸਰਦਾਰਾ ਸਿੰਘ ਨੂੰ ਉਹ ਆਹੋ ਆਹੋ ਉਹਦੇ ਯਾਰ ਮਿਲੇ ਨੇ ਉਹਦੇ ਨਾਲ ਗੱਲ ਹੁੰਦੀ ਹੈ ਦੂਜੇ ਚੌਥੇ ਦਿਨ ਉਹਨਾਂ ਦੀ ਅਤੇ ਟਹਿਲ ਸਿੰਘ ਨੂੰ ਮਿਲ ਗਏ ਨੇ ਉਹਦਾ ਜਿਹੜਾ ਯਾਤਾ ਸੀ ਉਹਦੇ ਉਹਦੇ ਸ਼ਰੀਕੇ 'ਚੋਂ ਉਹਨਾਂ ਦੀ ਵੀ ਗੱਲ ਵਿੱਚ ਹੁੰਦੀ ਹੈ ਕਿ ਤੁਹਾਡੇ ਨੇੜਿਓਂ ਕਿਹੜਾ ਸ਼ਰੀਕਾ ਮੁਸਲਮਾਨ ਹੋਇਆ ਸੀ ਇਹ ਪਤਾ ਨਹੀਂ। ਅੱਛਾ ਅੱਛਾ ਤੁਹਾਡੇ ਬਜ਼ੁਰਗ ਵੀ ਰਹਿ ਗਏ ਪਿੰਡ 'ਚ ਬਜ਼ੁਰਗ ਕੋਈ ਰਹਿ ਗਏ ਪਿੰਡ 'ਚ ਨਾ ਸਾਡਾ ਕੋਈ ਨਹੀਂ। ਅੱਛਾ ਸਾਰੇ ਆ ਗਏ ਸਨ ਸਾਰੇ ਆਹੀ ਤਗੜੇ ਤਗੜੇ ਹਨ ਲੜਾਈਆਂ ਕਰਦੇ ਹਨ ਖਾ ਕੇ। ਹਾਂ ਅੱਛਾ ਠੀਕ ਅਤੇ ਉਸ ਤੋਂ ਬਾਅਦ ਜਦੋਂ ਪਿੰਡੋਂ ਨਿਕਲੇ ਫਿਰ ਰਾਹ 'ਚ ਨਹੀਂ ਕਿਸ ਕੋਈ ਹਮਲਾ ਨਹੀਂ ਪੁੱਛਿਆ ਫਿਰ ਸਿੱਧੇ ਆ ਗਏ ਪਹਿਲਾਂ ਕਿੱਥੇ ਬੈਠੇ ਆ ਕੇ ਪਹਿਲਾਂ ਆ ਕੇ ਤੇ ਬੈਠੇ ਪਸਰੂਰ ਹੈਂ ਉੱਥੇ ਦੋ ਰਾਤਾਂ ਕਿ ਤਿੰਨ ਰਹੇ। ਅੱਛਾ ਫਿਰ ਉੱਥੋਂ ਦਸਾਂ ਸਾਰਾ ਹੀ ਤੁਰ ਪਿਆ ਫਿਰ ਨਾਰੋਵਾਲ। ਅੱਛਾ ਨਾਰੋਵਾਲ ਵੱਡਾ ਜਥਾ ਸੀ ਬੜਾ ਫਿਰ ਪਿੰਡਾਂ ਦੇ ਪਿੰਡ ਹਨ ਕੇ 100 ਘਰ ਥੋੜ੍ਹਾ ਸੀ ਕੋਈ 200 ਘਰ ਥੋੜ੍ਹਾ ਸੀ ਪਿੰਡਾਂ ਦੇ ਪਿੰਡ ਹੀ ਫਿਰ ਟਾਪ ਆਏ ਬਾਰਡਰ ਬਾਰਡਰ ਟਾਪ ਆਏ ਜਦੋਂ ਰਾਵੀ ਡੰਗੇ ਰਾਵੀ ਡੰਗੇ
ਜਿਹਨਾਂ ਨੂੰ ਪੜ੍ਹੇ ਹਨ ਉੱਥੇ ਇਹ ਜੀ ਹਿੰਦੁਸਤਾਨ ਇਹ ਪਾਕਿਸਤਾਨ ਜਦੋਂ ਉੱਥੇ ਰਵੀ ਨੰਘ ਆਏ ਨੇ ਅਤੇ ਆ ਗਏ ਅਤੇ ਕੋਈ ਤੂੰ ਇਸ ਪਿੰਡ ਵੱਟ ਜਾ ਕੋਈ ਹੈ ਫਿਰ ਸਾਰੇ ਲੋਕ ਅੰਮ੍ਰਿਤਸਰ ਗੁਰਦੁਆਰੇ ਆ ਗਏ ਅੱਛਾ ਉੱਥੋਂ ਸਭ ਤੋਂ ਪਹਿਲਾਂ ਕਿਹੜੇ ਪਿੰਡ ਵੜੇ ਹੋ ਤੁਸੀਂ ਕੱਚੀ ਲਾਡਮੈਂਟ ਦੇ ਤੌਰ 'ਤੇ ਇਹ ਗੁਰਦੁਆਰੇ ਰਹੇ ਦੋ ਰਾਤਾਂ ਤਿੰਨ ਰਾਤਾਂ ਅੰਮ੍ਰਿਤਸਰ ਅੱਛਾ ਉੱਥੇ ਲੰਗਰ ਪਾਣੀ ਛਕਣਾ ਅਤੇ ਫਿਰ ਕੱਚੀ ਲਾਡਮੈਂਟ ਕਿਹੜੇ ਪਿੰਡ ਕੱਚੀ ਅਤੇ ਸਾਨੂੰ ਇੱਥੇ ਹੀ ਉੱਚੀ ਬੱਤੀ ਹੋਈ ਉੱਚੀ ਬਸੀ ਹੋਈ ਇਹ ਸ਼ਮਾਨ ਸ਼ਹੀਦ ਅਸੀਂ ਰਹੇ ਹਾਂ ਤਿੰਨ ਸਾਲ ਆ ਕੇ ਸ਼ਮਾਨ ਸ਼ਹੀਦ ਰਹੇ ਹੋ ਰਹੇ ਹਾਂ ਸਤਕੋਇਆ ਪਿੰਡ ਬਟਾਲੇ ਦੇ ਨਾਲ ਉੱਥੇ ਰਹੇ ਉੱਥੇ ਪਹਿਲਾਂ ਰਹੇ ਉੱਥੇ ਲਾਟ ਲੂਟ ਨਹੀਂ ਹੋਈ ਤੁਸੀਂ ਹੋਸ਼ ਕਿਹੜੇ ਪਿੰਡ ਆ ਕੇ ਸੰਭਾਲੀ ਉਹ ਸ਼ਮਾਨ ਸ਼ਹੀਦ ਅੱਛਾ ਸ਼ਮਾਨ ਸ਼ਹੀਦ ਪਤਾ ਲੱਗਿਆ ਸੀ ਸੰਭਾਲ ਆ ਗਏ ਸੀ ਹਾਂ ਸ਼ਮਾਨ ਸ਼ਹੀਦ ਆ ਤਿੰਨ ਸਾਲ ਰਹੇ ਕੁਝ ਭੁੱਖੇ ਮਰ ਰਹੇ ਹੈ ਆਹ ਡੂਢ ਰੁਪਈਏ ਤੇ ਸ਼ਰਗਾ ਹਟਿਆ ਬੁੜਿਆ ਨੇ ਪੁੱਟੀ ਡੂਢ ਰੁਪਏ ਦਿਹਾੜੀ ਤੇ ਦਿਹਾੜੀ ਤੇ ਅੱਛਾ ਕਿਹੜੀ ਸੜਕ ਆ ਜਿਹੜੀ ਹੈ ਜੁੱਟੀ ਰੋਡ ਜੁੱਟੀ ਰੋਡ ਇਹ ਟੱਕਰ ਸਾਹਿਬ ਤੋਂ ਨਹੀਂ ਟੱਕਰ ਸਾਹਿਬ ਤੋਂ ਨਹੀਂ ਆ ਜਿਹੜੀ ਉਹ ਡੇਰਾ ਫਾਰਮ ਤੋਂ ਉਰਾ ਜਾਨ ਕੇ ਜਿਹੜੀ ਜਲੰਧਰ ਜਾਂਦੀ ਸੜਕ ਜਲੰਧਰ ਪਠਾਨਕੋਟ ਮੇਨ ਰੋਡ ਡੇਢ ਰੁਪਏ ਦਿਹਾੜੀ ਤੇ ਪੁੱਟ ਇਹ ਗੈਂਤੀਆਂ ਨਾਲ ਪੁੱਟਣੀ ਹੱਥਾਂ ਨੂੰ ਛਾਲੇ ਪੈ ਜਾਣੇ ਕੱਚੀ ਸਮਾਨ ਸ਼ੀ ਤੋਂ ਕੱਚੀ ਸੜਕ ਆਉਂਦੀ ਸੀ ਉੱਚੀ ਬਸੀ ਇਹ ਨਾ ਸਮਾਨ ਸ਼ੀ ਤੋਂ ਜਿਹੜਾ ਉਹ ਨਾ ਕਰਬਾਣੂਆਂ ਦਾ ਹਸਪਤਾਲ ਹਾਂਜੀ ਸਰਕਾਰੀ ਉਹ ਖੂਹ ਤੋਂ ਇਹ ਉਹ ਹਸਪਤਾਲ ਤੋਂ ਸਿੱਧਾ ਆਉਣਾ ਹੈ ਸਮਾਨ ਸ਼ੀ ਤੋਂ ਲੈਂਦੇ ਲੈਂਦੇ ਹੈ ਕੱਚੀ ਸੜਕ ਸੀ ਫਿਰ ਆ ਕੇ ਚੜ੍ਹਨਾ ਇੱਥੋਂ ਕਾਲਿਓਂ ਕਾਲੇ ਵਾਲੇ ਚੋ ਨਾ ਇਹਦੇ ਉੱਤੋਂ ਸੜਕ 'ਤੇ ਚੜ੍ਹਨਾ ਕੱਚੀ ਸੜਕੇ ਆ ਜਾਣਾ ਕੱਚੀ ਸੜਕੇ ਕੱਚੀ ਸੜਕੋਂ ਫਿਰ ਆ ਜਾਣਾ ਵੇ ਤੂੰ ਆ ਜਿਹੜਾ ਸਰਪੁਰ ਵੱਲੋਂ ਫਾਟਕ ਇੱਥੇ ਆ ਕੇ ਤੇ ਬਸ ਫਿਰ ਤੂੰ ਸੜਕੇ ਚੜ੍ਹਨਾ ਪੱਕੀ ਸੜਕ ਨਹੀਂ ਕੱਚੇ ਰਾਹ ਇਹ ਜਾਨ ਕੇ ਤੁਹਾਡੇ ਆਉਣ ਤੋਂ ਸਮਾਨ ਜਦੋਂ ਸਮਾਨ ਸ਼ਹੀਦ ਆਏ ਹੋ 1950-51 ਉਹ ਤੋਂ ਬਾਅਦ ਬਣੀ ਹੈ ਬਾਅਦ ਚ ਅਸੀਂ ਉੱਚੀ ਬਸੀ ਆ ਗਏ ਆ ਤੇ ਸੜਕ ਬਣਨ ਲੱਗ ਪਈ ਅੱਛਾ ਉੱਚੀ ਬਸੀ ਕਿਸ ਤਰ੍ਹਾਂ ਦਾ ਪਿੰਡ ਸੀ ਘਰ ਕੱਚੇ ਹੀ ਸਾਰੇ ਉਹ ਭਾਈ ਕਿਰਪਾ ਸਿੰਘ ਨੇ ਮੂੰਹ ਮੱਥਾ ਬਣਾਇਆ ਹੀਟਾਂ ਦਾ ਲੰਬੜਦਾਰ ਜੀਵਨ ਸਿੰਘ ਸੀ ਅੱਛਾ ਇਹ ਚੌਧਰੀ ਸੀ ਦੂਜਾ ਇਹ ਜਿਹੜਾ ਸਰਦਾਰ ਸਿੰਘ ਦਾ ਪਰਿਵਾਰ ਇਹਦੀ ਜ਼ਮੀਨ ਜ਼ਿਆਦਾ ਸੀ ਕਿਹੜੇ ਦੀ ਗੁਰਦਿਆਲ ਸਿੰਘ ਸਰਦਾਰ ਸਿੰਘ ਥੋੜਾ ਅੱਛਾ ਇਹ ਬਾਹਰੋਂ ਆਏ ਨੇ ਇਹ ਬਾਹਰੋਂ ਆਏ ਇਹਨਾਂ ਦੀ ਕੋਈ ਨਾਨਕੀ ਢੇਰੀ ਇੱਥੇ ਪੈ ਗਈ ਸੀ ਤੇ ਉੱਥੇ ਆ ਗਏ ਇਹ ਵੀ ਬਾਹਰੋਂ ਆਏ ਧਿਆਨ ਸਿੰਘ ਵੀ ਬਾਹਰੋਂ ਆਏ ਤੇ ਉਹ ਰਿਛੂ ਹੋਰੀ ਵੀ ਬਾਹਰੋਂ ਆਏ ਇਹ ਨੇ ਇਹਨਾਂ ਦੇ ਜੰਮਣ ਭੂ ਨਹੀਂ ਇਹ ਅੱਛਾ ਇਹ ਦੱਸੋ ਹੁਣ ਲਾਸਟ ਤੁਹਾਡੇ ਜਿਹੜੇ ਬਜ਼ੁਰਗ ਆਪਣੇ ਜਦਾਲੇ ਪਿੰਡ ਨੂੰ ਯਾਦ ਕਰਦੇ ਹੁੰਦੇ ਸਨ ਹੋਰ ਘੜੀ ਘੜੀ ਅੱਛਾ ਘੜੀ ਘੜੀ ਯਾਦ ਕਰਦੇ ਘੜੀ ਘੜੀ ਜਦੋਂ ਬੈਣਾ ਜਾਂਦੇ ਆ ਗੱਲਾਂ ਜਦਾਲੇ ਦੀਆਂ ਗੱਲਾਂ ਕਰ ਰਹੀਆਂ ਉਹ ਦਵਾਨ ਉਹ ਵੇਖ ਉਹ ਕਿੱਥੇ ਸਾਡੇ ਖੂਹ ਤੁਰ ਗਏ ਨੇ ਉਹ ਕਿੱਥੇ ਸਾਡਾ ਹਸਪਤਾਲ ਤੁਰ ਗਿਆ ਵਾਹ ਇਸ ਤਰ੍ਹਾਂ ਨਾਲੇ ਝਾਰੀਆਂ ਪੀ ਵੀ ਜਾਣੀਆਂ ਅਤੇ ਨਾਲੇ ਗੱਲਾਂ ਕਰੀ ਜਾਣੀਆਂ ਅੱਛਾ ਅੱਛਾ ਆ ਕੇ ਝਾਰੀਆਂ ਪੀਂਦੇ ਸਨ ਇੱਥੇ ਉਹ ਝਾਰੀਆਂ ਇਹ ਗਿਆਨ ਵੀ ਪੀਂਦਾ ਹਾਂਜੀ ਬਾਪੂ ਵੇਲੀ ਵੀ ਪੀਂਦਾ ਪਿਓ ਮੇਰਾ ਜਾਗਰ ਵੀ ਪੀਂਦਾ ਅਤੇ ਦਵਾਨ ਨਹੀਂ ਪੀਂਦਾ ਫੌਜਾ ਸਿੰਘ ਨਹੀਂ ਪੀਂਦਾ ਬਾਪੂ ਵੇਲੀ ਪੀਂਦਾ ਸੀ ਤੇ ਇਹ ਨਹੀਂ ਬਾਪੂ ਨਥੂ ਨਹੀਂ ਪੀਂਦਾ ਤੇ ਕਰਮ ਸਿੰਘ ਨਹੀਂ ਪੀਂਦਾ ਫੌਜਾ ਸਿੰਘ ਵੀ ਨਹੀਂ ਪੀਂਦਾ ਇਹਦਾ ਮਤਲਬ ਜਦ ਤੱਕ ਉਹ ਜਿੰਦੇ ਰਹੇ ਨੇ ਉਹਨਾਂ ਦੇ ਧਿਆਨ ਚ ਦਾਲੇ ਰਿਹਾ ਹੋਰ ਉਹਨਾਂ ਦੇ ਰੂਹਾਂ ਉੱਥੇ ਘੁੰਮਦੀ ਰਹੀ ਹਾਏ ਹੋਏ ਜਦੋਂ ਵੀ ਕੋਈ ਬਿਮਾਰ ਹੋਣਾ ਹਾਏ ਹੋਏ ਬੁਖਾਰ ਚੜ ਗਿਆ ਇਹ
ਹਸਪਤਾਲ ਹੁੰਦੇ ਆਪਣੇ ਘਰ ਹੁੰਦੇ ਉਹ ਕਿਉਂ ਬਾਹਰ ਜਾਂਦਾ? ਅੱਛਾ, ਹਸਪਤਾਲ ਕੋਲ ਜਰਾ ਕੇ ਕਿਸੇ ਨੂੰ ਕੋਈ ਕੰਨ ਦੁਖਣਾ, ਬਹੁਜ ਕੰਨ ਦੁਖਦਾ, ਉਹ ਆਪਣਾ ਮੁਲਕ ਉਹ ਨਹੀਂ ਮੰਨਦੇ ਸਨ। ਹੋਰ ਹੁਣ ਵੀ ਅਸੀਂ ਆਉਂਦੇ ਹਾਂ, ਹੁਣ ਵੀ ਸਾਨੂੰ ਆਖਣਾ ਅਸੀਂ ਹੁਣ ਸ਼ਾਮ ਨੂੰ ਤੁਰ ਚੱਲੇ ਹਾਂ ਘਰ, ਪਿੰਡ ਦੋ ਰਾਤਾਂ ਰਹਿ ਕੇ ਦੁਏ ਰਾਤ। ਅੱਛਾ, ਨਹੀਂ ਜੇ ਸਬੱਬੀ 'ਚ ਖੁੱਲ੍ਹ ਜੇ, ਰੱਬ ਕਰੇ ਵੀ ਖੁੱਲ੍ਹ ਜੇ ਸਾਰਾ ਕੁਛ, ਵੀ ਕੋਈ ਹੋ ਜਾਵੇ ਅਤੇ ਜੇ ਉੱਥੇ ਜਦਾਲੇ ਲੈ ਲਓਗੇ ਜ਼ਮੀਨ, ਉਹਨਾਂ ਥੋੜ੍ਹੀ ਹੁਣ ਸਾਨੂੰ ਦੇਣੀ ਹੈ। ਨਹੀਂ ਜੇ ਹੋ ਜਾਵੇ ਐਸਾ ਕੋਈ ਕੋਈ ਮੁਲਕ ਬਣ ਜਾਏ, ਖਸਮਾਂ ਨੂੰ ਖਾਣਾ ਸਾਡੀ ਪਹਿਲੀ ਤੋਂ ਮਿਲੇ ਸਾਨੂੰ। ਅੱਛਾ, ਪਹਿਲੀ ਲੈਣੀ ਪੈਣੀ ਆਪਣੀ ਜਾ ਕੇ? ਹੋਰ, ਅੱਛਾ, ਪਹਿਲੀ ਤੋਂ ਬਗੈਰ ਜੱਟ ਘਰਦਾ ਹੀ ਆ। ਹਾਂਜੀ ਹਾਂਜੀ, ਨਹੀਂ ਤੁਹਾਨੂੰ ਪਹਿਲੀ ਮਿਲ ਜਾਏਗੀ ਲਓ ਜੀ ਜਦਾਲੇ ਵਾਲਿਓ, ਉਹ ਜੇ ਕੋਈ ਸਬੱਬ ਬਣਿਆ ਤਾਂ ਭਾਈ ਪਹਿਲੀ ਇਹਨਾਂ ਨੂੰ ਦੇ ਦੇਣੀ ਇਹਨਾਂ ਦੀ, ਅਤੇ ਉਹ ਨਾ ਹੋਵੇ ਵੀ ਹੁਣ ਇੱਧਰ ਉੱਧਰ ਜਾਣ, ਇਹ ਵੀ ਖੁੱਲ੍ਹ ਹੋਵੇ ਜਿੱਥੇ ਕੋਈ ਜਾਣ ਚਾਹੁੰਦਾ ਆਪਣਾ ਜਾ ਸਕੇ, ਜਾ ਸਕੇ। ਆਹੋ, ਇਹ ਨਾ ਹੋਵੇ ਕਿ ਤੁਸੀਂ ਇੱਧਰ ਜਾਓ ਉੱਧਰ ਜਾਓ, ਜਿੱਥੇ ਜਿੱਥੇ ਮਰਜ਼ੀ ਹੋ ਰਹੇ ਬਸ ਅਤੇ ਮਿਲੋ ਕਿਲੋ ਮਿਲੋ ਕਿਲੋ। ਹਾਂਜੀ, ਇਹ ਠੀਕ ਜ਼ਰੂਰ ਹੈ। ਹਾਂ, ਇੱਦਾਂ ਹੋਣਾ ਚਾਹੀਦਾ, ਇਹ ਹੋਣੀ ਕਿੱਥੇ? ਹਾਂ, ਹੁਣ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਜਾਓ ਅਤੇ ਤੁਸੀਂ ਹੀ ਰਹਿੰਦੇ ਹਾਂ, ਇੱਕ ਦੂਜੇ ਨੂੰ ਕੱਢਣ ਵਾਲਾ ਕੰਮ ਨਾ ਹੋਵੇ। ਇਹ ਹੁਣ ਅਸੀਂ ਗਏ ਦੋ ਰਾਤਾਂ ਸੱਜਣ ਸੁੱਜਣ ਕੋ ਬਈਏ, ਕਦੀ ਕਿਤੇ ਬਈਏ, ਤੇ ਚਲ ਬੰਤੀ ਚੀਜ਼ ਨੀ, ਆਪ ਹੀ ਆਖਣਾ ਚਲੋ ਘਰ ਨੂੰ ਚੱਲੀਏ। ਅੱਛਾ, ਅੱਜ ਉਹ ਛੋਟਾ ਜਿਹਾ ਬਾਰੂ ਸੀ ਨਾ? ਹਾਂ, ਬਾਰੂ ਛੋਟਾ ਜਿਹਾ 2.5-3 ਸਾਲਾਂ ਦਾ, ਅੱਜ ਬਜ਼ੁਰਗ ਅਵਸਥਾ 'ਚ ਹੈ, ਅਤੇ ਪਰ ਅੱਜ ਵੀ ਗੱਲਾਂ ਜਦਾਲੇ ਦੀਆਂ ਜੀ। ਚਲੋ ਜੀ ਬਜ਼ੁਰਗੋ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।